ਕੁਝ ਕਾਂਗਰਸੀ ਖੁਸ਼ ਹੋ ਸਕਦੇ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਫੜਨਾ ਸੀ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਪਿੱਛੇ ਲਾਉਣੀ ਸੀ ਜਿਨ੍ਹਾਂ ਦੇ ਖਿਲਾਫ ਡੀਏ ਦੇ ਕੇਸ ਬਣੇ ਸੀ ਉਹਨਾਂ ਨੂੰ ਘੱਟੋ ਘੱਟ ਸੁੱਖ ਦਾ ਸਾਹ ਆਊਗਾ ਕਿ ਖਸਮਾਂ ਲਗਾਵੇ ਕਾਂਗਰਸ ਜਿੱਤੇ ਨਾ ਜਿੱਤੇ 13 ਜੋ ਤਿੰਨ ਮਨਾ ਆਉਣ ਭਾਵੇਂ ਪਰ ਆਪਾਂ 227 ਤੱਕ ਮੇਰੇ ਪਿੱਛੇ ਵਿਜੀਲੈਂਸ ਦੇ ਨਾ ਲੱਗੀ ਰਹੂਗੀ ਜਿਨ੍ਹਾਂ ਦੇ ਇੰਡੀਆ ਲਾਇਸ ਬਣਿਆਗਾ ਨਾ ਕਾਂਗਰਸੀਆਂ ਨੇ ਭਗਵੰਤ ਮਾਨ ਦੇ ਕੋਈ ਸਿੱਧੇ ਹਮਲੇ ਕੀਤੇ ਨੇ ਤੇ ਨਾ ਭਗਵੰਤ ਮਾਨ ਨੇ ਕਾਂਗਰਸੀਆਂ ਤੇ ਸਿੱਧੇ ਹਮਲੇ ਕੀਤੇ ਹੈਗੇ ਹਾਂ ਹਾਂ ਕੁਝ ਕਾਂਗਰਸੀ ਖੁਸ਼ ਹੋ ਸਕਦੇ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਫੜਨਾ ਸੀ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਪਿੱਛੇ ਲਾਉਣੀ ਸੀ ਜਿਨ੍ਹਾਂ ਦੇ ਖਿਲਾਫ ਡੀਏ ਦੇ ਕੇਸ ਬਣੇ ਸੀ ਉਹਨਾਂ ਨੂੰ ਘੱਟੋ ਘੱਟ ਸੁੱਖ ਦਾ ਸਾਹ ਆਊਗਾ ਵੀ ਖਸਮਾਂ ਲਗਾਵੇ ਕਾਂਗਰਸ ਜਿੱਤੇ ਨਾ ਜਿੱਤੇ 13 ਚੋਂ ਤਿੰਨ ਬਣਾ ਆਉਣ ਭਾਵੇਂ ਪਰ ਆਪਾਂ 227 ਤੱਕ ਮੇਰੇ ਪਿੱਛੇ ਵਿਜੀਲੈਂਸ ਦੇ ਨਾ ਲੱਗੀ ਰਹੂਗੀ ਹੁਣ ਦੋਨਾਂ ਨੇ ਜਦੋਂ ਦੇ ਇੰਡੀਆ ਲਾਇਸ ਬਣਿਆਗਾ ਨਾ ਕਾਂਗਰਸੀਆਂ ਨੇ ਭਗਵੰਤ ਮਾਨ ਦੇ ਕੋਈ ਸਿੱਧੇ ਹਮਲੇ ਕੀਤੇ ਨੇ ਤੇ ਨਾ ਭਗਵੰਤ ਮਾਨ ਨੇ ਕਾਂਗਰਸੀਆਂ ਦੇ ਸਿੱਧੇ ਹਮਲੇ ਕੀਤੇ ਹੈਗੇ ਨੇ ਤੇ ਇਸ ਕਰਕੇ ਲੱਗਦਾ ਕਿ ਗੱਠ ਜੋੜਾ ਪਰ ਸਵਾਲ ਫੇਰ ਆਇਆ ਹੈਗਾ ਕਿ ਭਗਵੰਤ ਮਾਨ ਕਹਿੰਦੇ ਕਿ ਮੈਂ 13 ਜੋ ਇੱਕ ਵੀ ਨਹੀਂ ਦੇਣੀ ਹੈਗੀ ਇਹ ਤੇ ਵੈਸੇ ਕਰ ਰਹੇ ਆਂ ਗੱਠਜੋੜ ਨਹੀਂ ਕਹਿੰਦੇ ਕਿ ਗੱਠਜੋੜ ਦਾ ਸਵਾਲ ਨਹੀਂ ਪੈਦਾ ਹੁੰਦਾ ਇਸ ਕਰਕੇ ਦੇਖਦੇ ਆਂ ਕਿ ਕੀ ਕੁਝ ਕਿ ਕਿ ਸਿਆਸੀ ਹੁਣ ਕੀ ਉੱਠ ਕੇ ਬੈਠ ਕੇ ਹੁੰਦੀ ਆ ਚਲੋ ਆਪਾਂ ਮੰਨ ਕੇ ਚੱਲਦੇ ਕਿ ਆ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ ਭਗਵੰਤ ਮਾਨ ਕਾਂਗਰਸ ਪਾਰਟੀ ਨੂੰ 13 ਚੋਂ ਇੱਕ ਸੀਟ ਦਿੰਦੇ ਕਿ ਨਹੀਂ ਦਿੰਦੇ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਹੋਣੀਆਂ ਦਸੰਬਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਬਲਾਕ ਸੰਮਤੀ ਦੀਆਂ ਚੋਣਾਂ ਹੋਣੀਆਂ ਪਹਿਲਾਂ ਤੇ ਉਹ ਇਹਨਾਂ ਦਾ ਟੈਸਟ ਹੈ ਧਿਆਨ ਜੇ ਉੱਥੇ ਗੱਠਜੋੜ ਹੋ ਗਿਆ ਫਿਰ ਲੋਕ ਸਭਾ ਦੇ ਵਿੱਚ ਵੀ ਹੋ ਜੂਗਾ ਹੁਣ ਪਿੰਡਾਂ ਦੇ ਵਿੱਚ ਕਾਡਰ ਆਮ ਆਦੀ ਪਾਰਟੀ ਨੇ ਵੀ ਬਣਾਉਣਾ ਕਾਂਗਰਸ ਕਹਿੰਦੀ ਸਾਡਾ ਕਾਡਰ ਵੀ ਮਜ਼ਬੂਤ ਰਵੇ ਬਲਾਕ ਸੰਮਤੀ ਦੇ ਚੇਅਰਮੈਨ ਸਾਡੇ ਵੀ ਬਣ ਸਰਪੰਚ ਵੀ ਸਾਡੇ ਬਣ ਜ਼ਿਲ੍ਹਾ ਪ੍ਰਸ਼ਦ ਪ੍ਰੇਸ਼ਦ ਦੇ ਚੇਅਰਮੈਨ ਵੀ ਸਾਡੇ ਬਣ ਪੰਗੇ ਤੇ ਪਹਿਲਾਂ ਹੀ ਪੈ ਜਣੇ ਇਸ ਕਰਕੇ ਜਿਹੜਾ ਨਕਾਹ ਹੋਇਆ ਨਾ ਉਹ ਪੰਜਾਬ ਚ ਕਿਸੇ ਵੇਲੇ ਵੀ ਟੁੱਟ ਸਕਦਾ ਹੈਗਾ ਪੀ ਉਹ ਤਿੰਨ ਵਾਰ ਪਹੁੰਚਦੇ ਕਬੂਲ ਹੈ ਕਬੂਲ ਹੈ ਕਬੂਲ ਹੈ ਇਧਰੋਂ ਕਿਸੇ ਪਾਸਿਓਂ ਵੀ ਕਬੂਲ ਨਹੀਂ ਹੈਗਾ ਪਰ ਇਹ ਜਿਹੜਾ ਮਸਲਾ ਇਹ ਹੈ ਕਿ ਉਸ ਤੋਂ ਪਹਿਲਾਂ ਇਹਨਾਂ ਦੇ ਪੈ ਜਣੇ ਰੱਪੜ ਹਾਂ ਕੁਝ ਕਾਂਗਰਸੀ ਖੁਸ਼ ਹੋ ਸਕਦੇ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਫੜਨਾ ਸੀ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਪਿੱਛੇ ਲਾਉਣੀ ਸੀ ਜਿਨ੍ਹਾਂ ਦੇ ਖਿਲਾਫ ਡੀਏ ਦੇ ਕੇਸ ਬੰਨੇ ਸੀ ਉਹਨਾਂ ਨੂੰ ਘੱਟੋ ਘੱਟ ਸੁੱਖ ਦਾ ਸਾਹ ਆਊਗਾ ਵੀ ਖਸਮਾ ਨੂੰ ਗਾਵੇ ਕਾਂਗਰਸ ਜਿੱਤੇ ਨਾ ਜਿੱਤੇ 13 ਚੋਂ ਤਿੰਨ ਵਨਾ ਆਉਣ ਪਾਵੇਂ ਪਰ ਆਪਾਂ 2027 ਤੱਕ ਮੇਰੇ ਪਿੱਛੇ ਵਿਜੀਲੈਂਸ ਤੇ ਨਾ ਲੱਗੀ ਰਹੂਗੀ ਹੁਣ ਦੋਨਾਂ ਨੇ ਜਦੋਂ ਦੇ ਇੰਡੀਆ ਲਾਈਨਸ ਬਣਿਆਗਾ ਨਾ ਕਾਂਗਰਸੀਆਂ ਨੇ ਭਗਵੰਤ ਮਾਨ ਦੇ ਕੋਈ ਸਿੱਧੇ ਹਮਲੇ ਕੀਤੇ ਨੇ ਤੇ ਨਾ ਭਗਵੰਤ ਮਾਨ ਨੇ ਕਾਂਗਰਸੀਆਂ ਤੇ ਸਿੱਧੇ ਹਮਲੇ ਕੀਤੇ ਹੈਗੇ ਨੇ ਤੇ ਇਸ ਕਰਕੇ ਲੱਗਦਾ ਕਿ ਗੱਠਜੋੜ ਆ ਪਰ ਸਵਾਲ ਫੇਰ ਆਇਆ ਹੈਗਾ ਕਿ ਭਗਵੰਤ ਮਾਨ ਕਹਿੰਦੇ ਕਿ ਮੈਂ 13 ਚੋਂ ਇੱਕ ਵੀ ਨਹੀਂ ਦੇਣੀ ਹੈਗੀ ਇਹ ਦੇ ਵੈਸੇ ਕਰ ਰਹੇ ਆ ਗੱਠਜੋੜ ਨਹੀਂ ਕਹਿੰਦੇ ਗੱਠਜੋੜ ਦਾ ਸਵਾਲ ਨਹੀਂ ਪੈਦਾ ਹੁੰਦਾ ਇਸ ਕਰਕੇ ਦੇਖਦੇ ਆ ਕਿ ਕੀ ਕੁਝ ਕਿ ਕਿ ਸਿਆਸੀ ਹੁਣ ਕੀ ਉੱਠ ਕੇ ਬੈਠ ਕੇ ਹੁੰਦੀ ਹੈ ਚਲੋ ਆਪਾਂ ਮੰਨ ਕੇ ਚੱਲਦੇ ਕਿ ਆ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ ਭਗਵੰਤ ਮਾਨ ਕਾਂਗਰਸ ਪਾਰਟੀ ਨੂੰ 13 ਚ ਇੱਕ ਸੀਟ ਦਿੰਦੇ ਕਿ ਨਹੀਂ ਦਿੰਦੇ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਹੋਣੀਆਂ ਦਸੰਬਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਬਲਾਕ ਸੰਮਤੀ ਦੀਆਂ ਚੋਣਾਂ ਹੋਣੀਆਂ ਪਹਿਲਾਂ ਤੇ ਉਹ ਇਹਨਾਂ ਦਾ ਟੈਸਟ ਇਮਤਿਹਾਨ ਜੇ ਉੱਥੇ ਗੱਠਜੋੜ ਹੋ ਗਿਆ ਫਿਰ ਲੋਕ ਸਭਾ ਦੇ ਵਿੱਚ ਵੀ ਹੋ ਜਾਊਗਾ ਹੁਣ ਪਿੰਡਾਂ ਦੇ ਵਿੱਚ ਕਾਡਰ ਆਮ ਆਦੀ ਪਾਰਟੀ ਨੇ ਵੀ ਬਣਾਉਣਾ ਕਾਂਗਰਸ ਕਹਿੰਦੀ ਸਾਡਾ ਕਾਡਰ ਵੀ ਮਜ਼ਬੂਤ ਰਵੇ ਬਲਾਕ ਸੰਮਤੀ ਦੇ ਚੇਅਰਮੈਨ ਸਾਡੇ ਵੀ ਬਣ ਸਰਪੰਚ ਵੀ ਸਾਡੇ ਬਣ ਜ਼ਿਲ੍ਹਾ ਪ੍ਰੀਸ਼ਦ ਪ੍ਰੀਸ਼ਦ ਦੇ ਚੇਅਰਮੈਨ ਵੀ ਸਾਡੇ ਬਣ ਪੰਗੇ ਤੇ ਪਹਿਲਾਂ ਹੀ ਪੈ ਜਾਣੇ ਇਸ ਕਰਕੇ ਜਿਹੜਾ ਨਕਾਹ ਹੋਇਆ ਨਾ ਉਹ ਪੰਜਾਬ 'ਚ ਕਿਸੇ ਵੇਲੇ ਵੀ ਟੁੱਟ ਸਕਦਾ ਹੈਗਾ ਵੀ ਉਹ ਤਿੰਨ ਵਾਰ ਪਹੁੰਚਦੇ ਕਬੂਲ ਹੈ ਕਬੂਲ ਹੈ ਕਬੂਲ ਹੈ ਇਧਰੋਂ ਕਿਸੇ ਪਾਸਿਓਂ ਵੀ ਕਬੂਲ ਨਹੀਂ ਹੈਗਾ ਪਰ ਇਹ ਜਿਹੜਾ ਮਸਲਾ ਇਹ ਹੈ ਕਿ ਉਸ ਤੋਂ ਪਹਿਲਾਂ ਇਹਨਾਂ ਦੇ ਪੈ ਜਾਣੇ ਰਫੜ